ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ ਯੂਟਿਊਬ ਚੈਨਲ ਤੇ। ਦੋਸਤੋ ਅੱਜ ਦੀ ਵੀਡੀਓ ਪਿੰਡ ਢਿੱਲਵਾਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਘਾ ਪੁਰਾਣਾ ਪੈਂਦੀ ਆ। ਬਾਘੇ ਪੁਰਾਣੇ ਤੋਂ ਜਦੋਂ ਭਾਈ ਭਗਤੇ ਨੂੰ ਜਾਂਦੇ ਹਾਂ ਤਾਂ ਮੋਗੇ ਜ਼ਿਲ੍ਹੇ ਦਾ ਇਹ ਲਾਸਟ ਪਿੰਡ ਆ। ਅੱਗੇ ਭਗਤਾ ਆ ਜਾਂਦਾ, ਜੇ ਭਗਤੇ ਵਾਲੇ ਪਾਸੋਂ ਆਉਂਦੇ ਹਾਂ ਤਾਂ ਮੋਗੇ ਜ਼ਿਲ੍ਹੇ ਦਾ ਪਹਿਲਾ ਪਿੰਡ ਆ। ਅੱਗੇ ਥਰਾਜ ਚੰਨੂਆਣਾ ਬੁੱਧ ਸਿੰਘ ਵਾਲਾ ਗਾਂ ਬਾਘਾ ਪੁਰਾਣਾ ਆ ਜਾਂਦਾ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145 0968। ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਹੈਮਰ ਟੀਵੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ, ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ। ਖਾਸ ਵੀਡੀਓ ਤਾਂ ਆ ਇੱਕ ਨੰਬਰ ਵੈੜ ਦੀ ਹੈ, ਬਹੁਤ ਸੋਹਣੀ ਵੈੜ ਹੈ, ਫੁੱਲ ਵੱਡੇ ਕੱਦ ਕਾਠ ਵਾਲੀ, ਚੰਗੇ ਦੁੱਧ ਵਾਲੀ ਆ। ਵੀਰ ਆਫ ਕੈਮਰਾ ਦੱਸਦਾ ਸੀਗਾ ਕਿ ਅਮਰੀਕਨ ਵੈੜ ਜਿੰਨਾ ਦੁੱਧ ਇਹਦੇ ਥੱਲੋਂ ਅਸੀਂ ਪਿਛਲੇ ਸੂਇਆਂ 'ਚ ਚੋਂਦੇ ਰਹੇ ਹਾਂ। ਫੁੱਲ ਤਸੱਲੀ ਵਾਲੀ ਹੈ, ਘਰੇਲੂ ਪਸ਼ੂ ਹੈ। ਇਨਫੋਰਮੇਸ਼ਨ ਲੈ ਦੇਣਾ, ਉਹ ਕਰਦੇ ਗੱਲਬਾਤ ਦਿੰਦੇ ਹਾਂ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਅਤੇ ਐਡਰੈਸ ਦੱਸ ਦਿਓ। ਬੂਟਾ ਸਿੰਘ, ਪਿੰਡ ਢਿੱਲਵਾਂ ਵਾਲਾ, ਤਹਿਸੀਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ। ਫੋਨ ਨੰਬਰ ਦੱਸ ਦਿਓ ਜੀ। 95014 7598। ਇੱਕ ਦੀ ਫੇਰ ਦੱਸ ਦਿਓ। 95014 7598। ਠੀਕ ਹੈ ਜੀ ਬਾਈ। ਬੂਟੇ ਇੱਕ ਨਾਗ ਬਕਾਊ ਹੈ ਜੀ। ਹਾਂ ਇੱਕ। ਕਿੰਨਵਾਂ ਸੂਆ ਬਾਈ? ਇਹ ਤੀਜਾ ਸੂਆ ਸੂਣੀ। ਹੁਣ ਤੀਜੇ ਸੂਏ ਸੂਦੀ? ਹਾਂਜੀ ਹਾਂਜੀ। ਦੂਜੇ ਸੂਏ ਕਿੰਨਾ ਕੁ ਦੁੱਧ ਪਿਆ ਗਈ? ਆਪਾਂ 26 ਲੀਟਰ ਚਾਉਂਦੇ ਰਹੇ ਹਾਂ ਜੀ, ਕੰਡੇ ਵਾਲਾ ਜਮਾ। 26 ਲੀਟਰ? ਹਾਂਜੀ। ਕਿੰਨੇ ਦਿਨ ਪਏ ਆ? ਹੁਣ ਇਹ 5 ਤਰੀਕ ਨੂੰ ਦਿਨ ਪੂਰੇ ਆ ਜੀ। ਅੱਜ 30 ਹੋ ਗਈ, ਯਾਨੀ ਕਿ 5 ਕੁ ਦਿਨ ਰਹਿ ਗਏ। ਮਹੀਨਾ 31 ਆਉਂ? ਹਾਂਜੀ ਹਾਂਜੀ। ਬਾਕੀ ਕੋਈ ਪਹਿਲਾਂ ਵੀ ਸੂ ਸਕਦਾ? ਹਾਂਜੀ ਹਾਂਜੀ। ਅੱਗੇ ਪਤਾ ਕਿਹੜਾ ਸੀਵਨ ਲੱਗਾ ਬਾਈ? ਅੱਗੇ ਜਰਸੀ ਦਾ ਆਪਾਂ ਟਾਈਸਨ ਲਵਾਇਆ ਬਾਈ, ਟਾਈਸਨ ਤੋਂ ਗੱਭਣ। ਹਾਂਜੀ ਹਾਂਜੀ। ਬਾਕੀ ਪਹਿਲੇ ਸੂਏ ਬੱਚੀਆਂ ਹੀ ਦਿੱਤੀਆਂ, 2 ਇਹਨੇ। ਅੱਛਾ, ਹੁਣ ਤੱਕ 2 ਸੂਏ ਜਿਹੜੀਆਂ ਬੱਚੀਆਂ ਹੀ ਆ? ਹਾਂ, ਬੱਚੀਆਂ ਹੀ ਦਿੰਦੀ ਰਹੀ। ਤੇ ਆਹ ਜਿਹੜੀ ਬੱਚੀ ਖੜੀ ਆ, ਇਹ ਪਹਿਲੇ ਸੂਏ ਦੀ ਬੱਚੀ ਆ ਜੀ? ਇਹ ਵੀ ਪਹਿਲੇ ਸੂਏ? 4 ਮਹੀਨੇ ਦੀ ਗੱਭਣ। ਚਲੋ ਬਕਾਊ ਨਹੀਂ, ਉਹਦੇ ਵਾਸਤੇ ਨਾ ਫੋਨ ਲਾਵੇ ਕੋਈ। ਠੀਕ ਹੈ। ਹਾਂ, ਤੇ ਇਹ ਮਜਬੂਰੀ ਕਾਰਨ, ਚਲੋ ਤੁਹਾਨੂੰ ਪਤਾ ਕਿ ਹੋ ਜਾਂਦੀ ਹੈ। ਸਹੀ ਆ। ਸੀਲ ਸਾਊ ਬਾਈ? ਹਾਂ ਵਧੀਆ ਜੀ, ਪੂਰੀ ਠੰਡੀ ਜੀ। ਦੋਸਤੋ ਸੀਲ ਸਾਊ ਪੂਰੀ ਆ, ਆ ਤੁਸੀਂ ਵੇਖ ਸਕਦੇ ਆ। ਮੈਂ ਥੋੜ੍ਹਾ ਜਿਹਾ ਪਿੱਛੇ ਹਟ ਗਿਆ, ਕਈ ਵਾਰ ਉੱਪਰੇ ਬੰਦੇ ਕਰਕੇ ਪਸ਼ੂ ਥੋੜ੍ਹਾ ਜਿਹਾ ਡਰਦਾ। ਫੁੱਲ ਸੀਲ ਸਾਊ ਹੈ, ਅਮਰੀਕਨ ਵਹਿੜਾ ਅਰਗੀ ਹੈ, ਜਿਹੜੇ ਪਾਸੇ ਦੀ ਮਰਜ਼ੀ ਅਗਲਾ ਹੱਥ ਪੱਲਾ ਮਾਰੇ ਹਵਾਨੇ 'ਤੇ। ਲੱਤ ਵੀ ਨਹੀਂ ਚੱਗਦੀ, ਭਾਵਾਂ ਬਿਆਣਾ ਨਿਆਣੇ ਤੋਂ ਅਗਲਾ ਚਵਾਈ ਕਰ ਲਏ। ਠੀਕ ਹੈ ਬਾਈ, ਕੱਢੀਏ ਬਾਹਰ ਨੂੰ ਤੋਰ ਕੇ ਵਿਖਾ ਦਈਏ। ਦੋਸਤੋ ਆਫ ਕੈਮਰਾ ਵੀਰ ਦੱਸਦਾ ਸੀਗਾ ਕਿ ਵਹਿੜ ਵੇਚਣ ਵਾਲੀ ਹੈ ਨਹੀਂ ਗੀ, ਪਰ ਮਜਬੂਰੀ ਕਰਕੇ ਤਾਂ ਹੀ ਵੀਰ ਕਹਿੰਦਾ ਅਸੀਂ ਸੇਲ ਕਰਨ ਲੱਗੇ ਹਾਂ, ਨਹੀਂ ਵੇਚਣ ਨੂੰ ਤਾਂ ਵੀਰ ਕਹਿੰਦਾ ਭੋਰਾ ਜੀ ਨਹੀਂ ਕਰਦਾ। ਪਰ 100 ਘਰਾਂ ਦੀਆਂ ਮਜਬੂਰੀਆਂ ਹੁੰਦੀਆਂ, ਮਜਬੂਰੀ ਕਰਕੇ ਵੀਰ ਸੇਲ ਕਰਨ ਲੱਗਾ। ਫੁੱਲ ਵੱਡਾ ਕੱਦ ਕਾਠ ਹੈ, ਸੋਹਣਾ ਬੋਡੀ ਸਟਰਕਚਰ ਹੈ, ਖੁੱਲ੍ਹ ਡੁੱਲੇ ਅੰਗਾਂ ਪੈਰਾਂ ਦੀ ਆ। ਹਵਾਨੇ ਵਾਲੇ ਪਾਸੋਂ ਵੀ ਐਕਸਟਰਾਆਰਡਨਰੀ ਆ, ਚਫ ਵਹਿੜਾ ਨਾਲੋਂ ਵੱਡਾ ਹਵਾਨਾ ਤਿਆਰ ਕੀਤਾ। ਕਰਮਾਲੀ ਨੇ ਪੱਟਾਂ 'ਚ ਫਸਿਆ ਪਿਆ, ਮੂੰਹ ਮੱਥੇ ਦੀ ਸੋਹਣੀ ਆ, ਵੱਡੀ ਵੀ ਫੁੱਲ ਆ ਅਤੇ ਵਜਨ ਵੀ ਬਹੁਤ ਹੈ। ਵਹਿੜ ਕਿਸੇ ਪਾਸੋਂ ਭੋਰਾ ਨਹੀਂ ਖੁੰਝੀ, ਪੂਰਾ ਵੱਡਾ ਕੱਦ ਕਾਠ ਹੈ, ਫੁੱਲ ਵਜਨ ਹੈ ਅਤੇ ਪੂਰਾ ਵੱਡਾ ਹੀ ਜ਼ਬਰਦਸਤ ਹਵਾਨਾ ਤਿਆਰ ਕੀਤਾ ਕਰਮਾਲੀ ਨੇ। ਸਾਈਡਾਂ 'ਚ ਵਲ ਢਿੱਲ ਹਜੇ ਕਾਫੀ ਬਾਕੀ ਆ। 5 ਤਰੀਕ ਨੂੰ ਵੀਰ ਦੱਸਦਾ ਕਿ ਦਿਨ ਪੂਰੇ ਹੁੰਦੇ ਆ, 5-6 ਦਿਨਾਂ ਦੀ ਕੱਚੀ ਆ, ਬਾਕੀ ਗਰਮੀ ਆ। ਕੋਈ 2 ਦਿਨ ਪਹਿਲਾਂ ਵੀ ਪਸ਼ੂ ਸੂ ਸਕਦਾ ਅਤੇ ਕੋਈ ਦਿਨਾਂ 'ਤੇ ਵੀ ਸੂ ਸਕਦਾ, ਉਹ ਅੱਗੇ ਵਾਹਿਗੁਰੂ ਨੂੰ ਪਤਾ। 26 ਲੀਟਰ ਦੁੱਧ ਵੀਰ ਦੱਸਦਾ ਕਿ ਖੁੱਲ੍ਹਾ ਇਹਦੇ ਥੱਲੋਂ ਅਸੀਂ ਦੂਜੇ ਸੂਏ 'ਚ ਹੋਇਆ। ਹੋ ਸਕਦਾ ਯਾਰ ਕਿ ਦੁੱਧ ਵੱਧ ਪਿਆ ਜੇ, ਪਰ ਗਰਮੀ ਆ, ਤੁਸੀਂ 25-26 ਕਿਲੋ ਮੰਨ ਕੇ ਹੀ ਸੌਦਾ ਕਰ ਲਿਓ, ਇੰਨਾ ਖੁੱਲ੍ਹਾ ਦੁੱਧ ਪਿਆ ਜੂ। ਅਤੇ ਇੱਕ ਹੋਰ ਗੱਲ ਆ, ਵੀਰ ਦੱਸਦਾ ਕਿ ਦੁੱਧ ਵੀ ਇਹਦਾ ਕਰਮਾਲੀ ਦਾ ਜਮਾਂ ਮੱਝਾਂ ਅਰਗਾ,
ਬਾਕੀ ਇਹ ਰੰਗਦਾ ਦਾ ਦੁੱਧ, ਸਾਹੀਵਾਲ ਹੋ ਗਈਆਂ, ਜਰਸੀ ਹੋ ਗਈਆਂ, ਗੈਰ ਹੋ ਗਈਆਂ, ਇਹਨਾਂ ਦਾ ਦੁੱਧ ਕਰਮ ਵਾਲੀਆਂ ਦਾ ਮੱਝਾਂ ਵਰਗਾ ਹੀ ਹੁੰਦਾ। ਹਵਾਨੇ ਵਾਲੇ ਪਾਸੋਂ ਐਕਸਟਰਾ ਆਰਡਨਰੀ ਬਹੁਤ ਸੋਹਣਾ ਮੋਟਾ ਦੀ ਚੁਆਈ ਵਾਲਾ ਜਾਨ ਵਾਲਾ ਥਾਨ ਹੈ। ਚਾਰੇ ਥਾਨ ਪੀੜ੍ਹੀ ਦੇ ਪਾਵੇ ਵਾਂਗੂ ਚਾਰੇ ਗੁੱਠਾਂ ਨੁੱਕਰਾਂ 'ਤੇ ਲੱਗੇ ਹੋਏ ਆ ਦੋਸਤੋ। ਬੈਕ ਤੋਂ ਉੱਪਰੋਂ ਫੁੱਟ ਵਾਂਗੂ ਚੌੜਾ ਹਵਾਨਾ ਸਟਾਰਟ ਹੁੰਦਾ, ਅੱਗੇ ਧੁੰਨੀ ਨੂੰ ਹਵਾਨਾ ਟੱਚ ਕਰਦਾ। ਜਿਹੜੀ ਤੁਸੀਂ ਵਲ ਢਿੱਲ ਵੇਖ ਰਹੇ ਆ ਸਾਰੀ ਕੱਢ ਕੇ ਹਵਾਨਾ ਟਾਈਟ ਕਰਕੇ ਸੂਣਾ ਦੋਸਤੋ। ਜਰਸੀ ਦਾ ਸੀਵਨ ਲੱਗਾ, ਟਾਈਸਨ ਬੁੱਲ ਤੋਂ ਅੱਗੇ ਗੱਭਣ ਹੈ, ਸੀਵਨ ਵੀ ਦੋਸਤੋ ਬਹੁਤ ਚੰਗਾ ਇੰਪੋਰਟਡ ਹੀ ਸੀਵਨ ਲੱਗਿਆ। ਇਦੂ ਦੋ ਸੂਏ ਪਹਿਲਾਂ ਸੂਈ ਆ, ਆਹ ਪਹਿਲੇ ਸੂਏ ਦੀ ਵੱਛੀ ਆ। ਦੋ ਸੂਏ ਦੀਆਂ ਵੀਰ ਕਹਿੰਦੇ ਨੇ ਵੱਛੀਆਂ ਹੀ ਦਿੱਤੀਆਂ, ਅਤੇ ਜੇ ਕਿਤੇ ਵੱਛੀ ਦੇ ਦਿੰਦੀ ਆ। ਬੁੱਲ ਬਾਰੇ ਤਾਂ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ, ਟਾਈਸਨ ਬੁੱਲ ਬਾਰੇ ਤੁਸੀਂ ਸਾਰੇ ਜਾਣਦੇ ਹੀ ਆ। ਟੌਪ ਦਾ ਬੁੱਲ ਹੈ, ਉਹਦਾ ਸੀਵਨ ਲੱਗਿਆ ਅਤੇ ਆਪ ਵੀ ਵੈੜ ਪੂਰੀ ਵੱਡੀ ਹੈ, 26 ਲੀਟਰ ਦੁੱਧ। ਦੂਜੇ ਸੂਏ ਵੀਰ ਕਹਿੰਦਾ ਇਹਦੇ ਥੱਲੋਂ ਅਸੀਂ ਖੁੱਲ੍ਹਾ ਚੋਇਆ। ਬਾਕੀ ਜਿੱਡਾ ਵੱਡਾ ਕਰਮਾਲੀ ਨੇ ਹਵਾਨਾ ਤਿਆਰ ਕੀਤਾ, ਇਹਨਾਂ ਦੁੱਧ ਖੁੱਲ੍ਹਾ ਬੜੇ ਆਰਾਮ ਨਾਲ ਚੁਆਇਆ ਹੋਊਗਾ। ਬੱਚਾ ਵੱਛੀ ਦੇ ਦਿੰਦੀ ਹੈ, ਟੌਪ ਦਾ ਬੱਚਾ ਦੇਊਗੀ, ਮੂੰਹ ਮੱਥੇ ਦੀ ਸੋਹਣੀ ਹੈ। ਸੀਲ ਸਾਊ ਖਾਸ ਗੱਲ ਆਮ ਹੀ ਘਰੇ ਰੱਖਣ ਵਾਲੇ ਭੈਣ ਭਰਾਵਾਂ ਦੀ ਡਿਮਾਂਡ ਹੁੰਦੀ ਬਾਈ ਯਾਰ, ਪੈੜ ਘਰੇ ਦੁੱਧ ਪੀਣ ਨੂੰ ਲੈਣੀ ਆ, ਗਰਮੀ ਰਹਿ ਤਾਂ ਦੁੱਧ ਭਾਵਾਂ 2 ਕਿਲੋ ਘੱਟ ਦੇ ਦੇ, ਲੈਣੀ ਆਪਾਂ ਸੀਲ ਸਾਊ ਆ, ਅਤੇ ਦੁੱਧ ਵੀ ਚੰਗੇ ਵਾਲੀ ਹੈ, ਅਮਰੀਕਨ ਵਹਿੜਾਂ ਜਿੰਨਾ ਖੁੱਲ੍ਹਾ ਦੁੱਧ ਪਿਆ ਦੇਣਾ, ਅਤੇ ਸੀਲ ਸਾਊ ਵੀ ਫੁੱਲ ਹੈ ਭਾਵਾਂ ਜਵਾਕ ਚੋਈ ਜਾਣ, ਇੰਨੀ ਸੀਲ ਸਾਊ ਆ। ਮੁੱਲ ਬਾਈ ਬੂਟੇ ਜਾਇਜ਼ ਜਿਹਾ ਲੈਣ ਦੇਣ ਵਾਲਾ ਮੁੱਲ ਫੋਨ 'ਤੇ ਕਰ ਲਾਂਗੇ, ਫੋਨ 'ਤੇ ਸਹੀ ਹੈ। ਫੋਨ ਨੰਬਰ ਦੁਬਾਰਾ ਦੱਸ ਦਈਏ, 9905978598। ਠੀਕ ਹੈ ਜੀ ਦੋਸਤੋ, ਮੁੱਲ ਜਾਇਜ਼ ਹੀ ਹੋਊਗਾ, ਕਰ ਲਾਂਗੇ ਵੀਰ ਕਹਿੰਦਾ ਫੋਨ 'ਤੇ। ਦੋਸਤੋ ਮਜਬੂਰੀ ਕਰਕੇ ਵੀਰ ਪਸ਼ੂ ਸੇਲ ਕਰਦਾ, ਨਹੀਂ ਪਸ਼ੂ ਸੇਲ ਤਾਂ ਕਰਨਾ ਨਹੀਂ ਸੀ। 4-5 ਪਸ਼ੂ ਆ ਵੀਰ ਕੋਲੇ, 3 ਨਾਗ ਉੱਧਰ ਖੜ੍ਹੇ ਆ, 2 ਨਾਗ ਇੱਧਰ ਆ, ਅਤੇ ਇਹ 1 ਨਾਗ ਸੇਲ ਹੈ। ਮੈਨੂੰ ਤਾਂ ਮਜਬੂਰੀ ਦਾ ਪਤਾ, ਪਰ 100 ਮਜਬੂਰੀਆਂ ਹੁੰਦੀਆਂ, ਦੱਸੀਆਂ ਵੀ ਨਹੀਂ ਜਾਂਦੀਆਂ, ਤਾਂ ਕਰਕੇ ਵੀਰ ਇਹ ਸੇਲ ਕਰਦਾ। ਪਰ ਵੈੜ ਬਹੁਤ ਚੰਗੀ ਆ, ਜਿਹੜਾ ਕੋਈ ਭੈਣ ਭਰਾ ਵੈੜ ਲੈ ਗਿਆ ਚੇਤੇ ਹੀ ਰੱਖੂਗਾ, ਕਿਉਂਕਿ ਸੀਲ ਸਾਊ ਫੁੱਲ ਹੈ, ਦੁੱਧ ਮੱਝਾਂ ਲਗਾਉਣਾ 25-26 ਕਿਲੋ ਖੁੱਲ੍ਹਾ ਪਿਆ ਦੇਣਾ, ਵੱਡੀ ਬਹੁਤ ਹੈ, ਵਜ਼ਨ ਬਹੁਤ ਹੈ। ਬਾਕੀ ਅੱਗੇ ਸੀਵਨ ਵੀ ਚੰਗਾ ਲੱਗਿਆ, ਬੱਚੇ ਇਹ ਵੀ ਇਦੂ ਪਹਿਲਾਂ 2 ਸੂਏ ਸੂਈ ਆ, ਦੋਵੇਂ ਵੱਛੀਆਂ ਦੀ ਦਿੱਤੇ ਆ, ਅਤੇ ਐਰਕੀ ਵੀ 100% ਉਮੀਦ ਆ ਕਿ ਵੱਛੀ ਦੇਊਗੀ। ਬਾਕੀ ਫੋਨ ਨੰਬਰ ਸਕਰੀਨ 'ਤੇ ਆ, ਜਿਹੜੇ ਵੀ ਭੈਣ ਭਰਾ ਦੇ ਇਹ ਤੀਜਾ ਸੂਆ ਚੰਗੇ ਦੁੱਧ ਵਾਲੀ ਟੌਪ ਦੀ ਵੈੜ ਪਸੰਦ ਆਉਂਦੀ ਆ, ਤੁਸੀਂ ਵੀਰ ਬੂਟੇ ਨਾਲ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਲਿਓ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।